ਆਉਠਿਆਂ ਦੇ ਮਾਲ ਖਰੀਦੇ ਤੇ ਸੋਚਿਆ ਮੈਂ ਕਿ ਪਬਜੀ ਦਾ ਨਵਾਂ ਰਾਇਲ ਪਾਸ ਆਲਾ ਜਿਹੜਾ ਕਿ ਨਵਾਂ ਰਾਇਲ ਪਾਸ ਹੈ ਉਹਨਾਂ ਦੇ ਰਿਵਾਰਡਸ ਹਲੇ ਤੱਕ ਤੁਹਾਨੂੰ ਨਹੀਂ ਪਤਾ ਤੇ ਮੈਂ ਸੋਚਿਆ ਕਿ ਤੁਹਾਨੂੰ ਰਾਇਲ ਪਾਸ ਦੇ ਸਾਰੇ ਰਿਵਾਰਡਸ ਸ਼ੇਅਰ ਕਰਤੇ ਜਾਂ ਤਾਂ ਕਿ ਤੁਸ ਤੁਹਾਨੂੰ ਵੀ ਪਤਾ ਲੱਗ ਜਾਏ ਕਿ ਅਗਲਾ ਰਾਇਲ ਪਾਸ ਕਿੱਦਾਂ ਦਾ ਹੈ ਕਿ ਤੁਹਾਨੂੰ ਰਿਵਾਰਡਸ ਕਿੱਦਾਂ ਦੇ ਲੱਗਣਗੇ ਇਹ ਆਪਾਂ ਬਾਅਦ ਵਿੱਚ ਹੀ ਅੰਦਾਜ਼ਾ ਲਾਵਾਂਗੇ ਜਦੋਂ ਤੁਸੀਂ ਰਿਵਾਰਡਸ ਦੇਖ ਲਓਗੇ ਸਾਰੇ ਰਿਵਾਰਡ ਤੁਹਾਨੂੰ ਵਾਰੀ-ਵਾਰੀ ਦੱਸ ਦਿਆਂਗਾ ਕਿਹੜੇ-ਕਿਹੜੇ ਆ ਰਹੇ ਆ ਤੇ ਕਿਹੜੇ-ਕਿਹੜੇ ਤੁਸੀਂ ਲੈ ਸਕਦੇ ਹੋ ਬਗੈਰ ਰਾਇਲ ਪਾਸ ਤੋਂ ਤੇ ਰਾਇਲ ਪਾਸ ਤੋਂ ਤੇ ਚਲੋ ਮੇਰੇ ਅੱਲੇ ਤੱਕ ਤੁਸੀਂ ਸਬਸਕ੍ਰਾਈਬ ਵੀ ਨਹੀਂ ਕੀਤਾ ਤੇ ਬੈਲ ਆਈਕਨ ਤੇ ਵੀ ਨਹੀਂ ਪ੍ਰੈਸ ਕੀਤਾ ਚਲੋ ਸ਼ਾਬਾਸ਼ ਪਹਿਲੇ ਤੇ ਸਬਸਕ੍ਰਾਈਬ ਕਰੋ ਤੇ ਨਾਲ ਬੈਲ ਆਈਕਨ ਪ੍ਰੈਸ ਕਰੋ ਫੇਰੀ ਵੀਡੀਓ ਸ਼ੁਰੂ ਹੋਏਗੀ ਹੁਣ ਆਪਾਂ ਸਾਰੇ ਰਿਵਾਰਡ ਦੀ ਗੱਲ ਕਰਾਂਗੇ ਪਹਿਲਾ ਰਿਵਾਰਡ ਜਿਹੜਾ ਹੈਗਾ ਨਾ ਉਹ ਮਿਨੀ 14 ਦੀ ਸਕਿਨ ਹੈ ਮਿਨੀ 14 ਦੀ ਸਕਿਨ ਕਾਰ 98 ਦੀ ਪਿਛਲੇ ਰਾਇਲ ਪਾਸ 'ਚ ਜਿਹੜੀ ਸਕਿਨ ਆਈ ਆ ਉਹਦੇ ਨਾਲ ਮਿਲਦੀ ਜੁਲਦੀ ਸਕਿਨਾਂ ਲੇਕਿਨ ਉਹ ਤੁਹਾਨੂੰ ਕੋਈ 40 ਰੈਂਕ ਤੇ ਮਿਲੀ ਸੀ ਇਹ ਤੁਹਾਨੂੰ ਪਹਿਲੇ ਰੈਂਕ ਤੇ ਮਿਲ ਜਾਣੀ ਇਹ ਕਾਫੀ ਚੰਗੀ ਸਕਿਨ ਹੈ ਮਿਨੀ 14 ਦੀ ਮੈਂ ਅਜੇ ਤੱਕ ਇਹ ਨਹੀਂ ਚਲਾਈ ਲੈਵਲ 1 ਦੇ ਕੱਪੜਿਆਂ ਦੀ ਗੱਲ ਕਰੀਏ ਤੇ ਬਟਰਫਲਾਈ ਸੈੱਟ ਹੈ ਮਤਲਬ ਕਿ ਤਿਤਲੀਆਂ ਵਾਂਗੂ ਸੈੱਟ ਬਣਾਇਆ ਹੈ ਤਾਂ ਪਬਜੀ ਮੋਬਾਈਲ ਨੇ ਕੁੜੀਆਂ ਲਈ ਹੈਗਾ ਮੁੰਡੇ ਨਾਲ ਯੂਜ਼ ਕਰਨ ਲਈ ਤੇ ਤਿਤਲੀ ਵਾਂਗੂ ਹੈ ਤੇ ਤਿਤਲੀ ਵਾਂਗੂ ਪਿੱਛੋਂ ਉੱਡ ਗਿਆ ਨਾ ਤੇ ਤਿਤਲੀਆਂ ਹੀ ਨਜ਼ਰ ਆਣੀਆਂ ਸਾਰਿਆਂ ਨੂੰ ਉਸ ਤੋਂ ਬਾਅਦ ਇਹਦੇ ਆਪਾਂ ਵਾਲਾਂ ਦੀ ਗੱਲ ਕਰੀਏ ਤੇ ਵਾਲ ਤੇ ਵਾਹ ਵਾਹ ਹੀ ਤਗੜੇ ਬਣਾਇਆ ਹੈ ਤੇ ਪਬਜੀ ਮੋਬਾਈਲ ਨੇ ਤੇ ਵਾਲ ਚੈੱਕ ਕਰੋ ਜੂੜਾ ਬਣਾਇਆ ਦਿੱਤਾ ਤੇ ਨਾਲ ਉਹਦੇ ਉੱਤੇ ਤਿਤਲਾ ਵਾਂਗੂ ਪੋਨੀ ਵੀ ਲਾਈ ਹੋਈ 골ਡਨ ਰੰਗ ਦੀ ਵਾਹ ਬਈ ਵਾਹ ਸੁਭਾ ਸੋਹਣਾ ਸੈੱਟ ਬਣ ਗਿਆ ਕੁੜੀਆਂ ਲਈ ਆ ਜ਼ਬਰਦਸਤ ਜਿਹਾ ਬਣਾ ਦਿੱਤਾ ਹੈ ਤੇ ਕੁੜੀਆਂ ਯੂਜ਼ ਕਰ ਰਹੇ ਨੇ ਮੁੰਡੇ ਨਾ ਇਹਨਾਂ ਨੇ ਪਾ ਕੇ ਲੋਬੀ ਚਾਨ ਤਿਤਲੀਆਂ ਹੀ ਬਣ ਜਾਣਗੇ ਫਿਰ ਉਹ ਤੇ ਮੈਂ ਦੱਸੋ ਤੁਹਾਨੂੰ ਕਿਦਾਂ ਦਾ ਲੱਗਿਆ ਇਹ ਵਾਲਾ ਆਫਟਫਿਟ ਮਤਲਬ ਕਿ ਮੈਂ ਤੇ ਵਾਵਾ ਚੰਗਾ ਲੱਗਿਆ ਕੁੜੀਆਂ ਵਾਲਾ ਸਟਾਈਲ ਤੇ ਨਾਲ ਇਹਦੇ ਵਾਲ ਵੀ ਵਾਵਾ ਚੰਗੇ ਆ ਉਸ ਤੋਂ ਬਾਅਦ ਆਪਾਂ ਅਗਲੇ ਰਿਵਾਰਡ ਦੀ ਗੱਲ ਕਰੀਏ ਤੇ ਵਾਵਾ ਸਾਰੇ ਠੀਪੇ ਵੀ ਨਾਲ ਲੱਗੇ ਆ ਉਸ ਤੋਂ ਬਾਅਦ ਅਗਲੇ ਰਿਵਾਰਡ ਵਿੱਚ ਇਹ ਆ ਕੇ ਇੱਕ ਬਸਤਾ ਤੁਹਾਨੂੰ ਮੇਂ ਦੇਖਣ ਨੂੰ ਮਿਲੇਗਾ ਜਿੰਦਾ ਨਾਂ ਹੈ ਰਿਬਿਲਿਅਨ ਬੈਕਪੈਕ ਤੇ ਨਾਲ ਇਹਦੇ ਪਿੱਛੇ ਇੱਕ ਜਾਦੂਗਰ ਵੀ ਹੈ ਜਿਹੜਾ ਦੰਦ ਘੱਡੀ ਜਾ ਰਿਹਾ ਇਹਦੇ ਵਿੱਚ ਆਪਾਂ ਚੀਜ਼ਾਂ ਪਾ ਕੇ ਲੁੱਟਣੀਆਂ ਨੇ ਚੀਜ਼ਾਂ ਦੇ ਵਿੱਚ ਸੁੱਟੀਆਂ ਉਸ ਤੋਂ ਬਾਅਦ ਆਪਾਂ ਇਹਦੇ ਕੀ ਕਰਨੇ ਆ ਲੈਵਲ 15 ਤੇ ਜਾ ਕੇ ਆਪਾਂ ਨੂੰ ਇੱਕ ਜੁੱਤੀ ਵੇਖਣ ਨੂੰ ਮਿਲੇਗੀ ਕੁੜੀਆਂ ਲਈ ਇਹਨਾਂ ਕੁੜੀਆਂ ਨੇ ਇਹਨਾਂ ਨੂੰ ਬੈਗ ਦੇ ਨਾਲ ਲਾ ਲੈਣਾ ਤੇ ਜਿਹੜਾ ਉਹਨੂੰ ਰਿਵਾਈਵ ਨਹੀਂ ਕਰੇਗਾ ਤੇ ਇਹਦੇ ਨਾਲ ਉਹਨੂੰ ਪਹਿਣੀਆਂ ਜੁੱਤੀਆਂ ਠੀਕ ਹੈ ਨਾ ਤੇ ਕੁੜੀਆਂ ਲਈ ਬਹੁਤ ਹੀ ਜ਼ਬਰਦਸਤ ਹੈ ਮਤਲਬ ਕਿ ਔਰਨਾਮੈਂਟ ਇਹਨੂੰ ਯੂਜ਼ ਕਰੋ ਤੇ ਦੋਨੋਂ ਜੇ ਕੋਈ ਰਿਵਾਈਵ ਨਹੀਂ ਕਰਦਾ ਤੇ ਉਹਨੂੰ ਇਸੇ ਜੁੱਤੀ ਨਾਲ ਮਾਰੋ ਉਸ ਤੋਂ ਬਾਅਦ ਆਪਾਂ ਨੂੰ ਵੀ ਤੇ ਉਡਣ ਖਟੋਲਾ ਦੇਖਣ ਨੂੰ ਮਿਲ ਜਾਏਗਾ ਜਿਹਦਾ ਨਾਂ ਹੈ ਪੈਰਾਸ਼ੂਟ ਬੈਟਲ ਐਕਸ ਪੈਰਾਸ਼ੂਟ ਤੇ ਇਹ ਤੁਹਾਨੂੰ ਲੈਵਲ 20 ਦੇ ਵੇਖਣ ਨੂੰ ਮਿਲੇਗਾ ਲੈਵਲ 20 ਤੇ ਤੁਹਾਨੂੰ ਇੱਕ ਸਮੋਕ ਨੇਡ ਦੀ ਸਕਿਨ ਵੇਖਣ ਨੂੰ ਮਿਲ ਜਾਏਗੀ ਜਿਸ ਦਾ ਨਾਮ ਹੈ ਰਿਬਿਲੀਅਨ ਵਾਵਾ ਚੰਗੀ ਸਕਿਨ ਹੈ ਤਿੰਨ ਰੰਗਾਂ ਦੀ ਹੈ ਸਾਵਾਂਵੀ ਰੱਤਾਵੀ ਚਿੱਟਾਵੀ ਕਾਲਾਵੀ ਤੇ ਵਾਵਾ ਚੰਗੀ ਸਕਿਨ ਹੈ ਉਸ ਤੋਂ ਬਾਅਦ ਤੁਹਾਨੂੰ ਟ੍ਰਾਈਬਲ ਚੈਂਪੀਅਨ ਸੈੱਟ ਦੇਖਣ ਨੂੰ ਮਿਲ ਜਾਏਗਾ ਫ੍ਰੀ ਵਿੱਚ ਦੇਖਣ ਨੂੰ ਮਿਲ ਜਾਏਗਾ 25 ਰੈਂਕ ਤੇ ਦੇਖਣ ਨੂੰ ਮਿਲ ਜਾਏਗਾ ਕਾਲਾ ਨੀਲਾ ਚਿੱਟਾ ਹਰ ਰੰਗ ਦੇ ਵਿੱਚ ਹੈਗਾ ਜਿੱਥੋਂ ਮਰਜ਼ੀ ਲੈ ਲਓ ਤਿੰਨੇ ਰੰਗ ਦੋਨੋਂ ਦੇਖਣ ਨੂੰ ਮਿਲ ਜਾਣਗੇ ਸੂਟ ਵੀ ਚੰਗਾ ਹੈ ਲੌਬੀ 'ਚ ਪਾਓਗੇ ਤੇ ਵੀਡੀਓ ਬਣਾਓ ਟਿਕਟੌਕ ਬਣਾਓ ਤੇ ਲਓ ਜੀ ਮਜ਼ੇ ਕਰੋ ਠੀਕ ਹੋ ਗਿਆ ਜ਼ਬਰਦਸਤ ਸੈੱਟ ਜੀ لازਮੀ ਲੈਣਾ ਤੁਸੀਂ ਇਹ ਵਾਲਾ ਸੈੱਟ ਉਸ ਤੋਂ ਬਾਅਦ ਲੈਵਲ 30 ਤੇ ਤੁਹਾਨੂੰ ਇੱਕ ਚਾਰਜੀ ਦੀ ਸਕਿਨ ਵੇਖਣ ਨੂੰ ਮਿਲ ਜਾਈਗੀ ਜਿੰਦਾ ਨਾਮ ਹੈ ਅਡੋਰੇਬਲ ਪਲ ਪਲੇਨ ਫਿਨਿਸ਼ ਤੋਂ ਜ਼ਬਰਦਸਤ ਜੀ ਸਕਿਨ ਜੇ ਭਾਈ ਜੀ ਦੇ ਸਾਵਾ ਰੰਗ ਵੀ ਹੈਗਾ ਜੇ ਤੇ ਨਾਲ ਲਿੰਦੇ ਰੱਤਾ ਵੀ ਜੇ ਤੇ ਨਾਲ ਲਿੰਦੇ ਬ੍ਰਾਊਨ ਬ੍ਰਾਊਨ ਨੂੰ ਕੀ ਕਹਿੰਦੇ ਆ ਪੰਜਾਬੀ ਵਿੱਚ ਮੈਨੂੰ ਕਮੈਂਟੇ ਲਾਜ਼ਮੀ ਦੱਸਿਆ ਮੈਨੂੰ ਨਹੀਂ ਪਤਾ ਬ੍ਰਾਊਨ ਨੂੰ ਪੰਜਾਬੀ ਵਿੱਚ ਕੀ ਕਹਿੰਦੇ ਆ ਉਸ ਤੋਂ ਬਾਅਦ ਉਹਵਾ ਚੰਗੀ ਸਕਿਨ ਬਣਾ ਦਿੱਤੀ ਪਬਜੀ ਮੋਬਾਈਲ ਨੇ ਚਾਰਜੀ ਤੇ ਤੁਸੀਂ ਚਾਹ ਦੇ ਬਹਿ ਕੇ ਲੌਬੀ 'ਚ ਮਜ਼ੇ ਕਰਨਾ ਜਿੰਦਾ ਜਿੰਦਾ ਚਾਰ ਲੌਬੀ 'ਚ ਆ ਜਾਣਾ ਭਈ ਉਹਨੂੰ ਆਪਾਂ ਸ਼ੌਰਟ ਆਊਟ ਦੇਾਂਗੇ ਤੁਸੀਂ ਮੈਨੂੰ ਬਸ ਕਮੈਂਟ ਕਰਕੇ ਦੱਸ ਦੇਣਾ ਕਿ ਮੇਰਾ ਲੌਬੀ 'ਚ ਚਾਰ ਆ ਉਸ ਤੋਂ ਬਾਅਦ ਅਗਾਂ ਆਪਾਂ 35 ਲੈਵਲ ਤੇ ਵੇਖੀ ਤਾਂ 35 ਲੈਵਲ ਤੇ ਉਹੀ ਪੁਰਾਣੀ ਸਕਿਨ ਸਾਨੂੰ ਵੇਖਣ ਨੂੰ ਮਿਲ ਜਾਂਦੀ ਜਿਹੜੀਆਂ ਗੰਨਾ ਅਸੀਂ ਕਦੀ ਵੀ ਨਹੀਂ ਚਲਾਈਆਂ ਜਿੰਦਾ ਨਾਮ ਹੈ ਕ੍ਰੋਸ ਸਿਪਰ ਐਸ ਕੇ ਐਸ ਤੇ ਵਾਵਾ ਚੰਗੀ ਸਕਿਨ ਜੇ ਤਿੰਨ ਸ਼ੇਡ ਆ ਪਰਪਲ ਇਹਦੇ ਚ ਰੱਤਾ ਵੀ ਹੈ ਕਾਲਾ ਵੀ ਹੈ ਚਿੱਟਾ ਰੰਗ ਵੀ ਹੈਗਾ ਜੇ ਨਾਲ ਤੇ ਵਾਵਾ ਚੰਗੀ ਸਕਿਨ ਨਾਲ ਤਗੜੀ ਸਕਿਨ ਨਾਲ ਚਲਾਓ ਨਾਲ 8x ਲਾਓ ਨਾਲ 4x ਲਾਓ ਨਾਲ 3x ਲਾਓ ਜਿਹੜਾ ਮਰਜ਼ੀ ਲਾਓ ਚਲਾਓ لازਮੀ ਹੈ ਸਕਿਨ ਨੂੰ ਮਤਲਬ ਕਿ ਦੂਜਿਆਂ ਨੂੰ ਖਾਨੀ ਵੀ ਹੈ ਨਾ ਕਿ ਰਾਇਲ ਪਾਸ ਤੇ ਅਸੀਂ 300 ਯੂਸੀ ਲਾਇਆ ਹੈ ਤੇ ਨਾਲ ਸਾਨੂੰ ਆ ਸਕਿਨ ਦਿੱਤੀ ਉਹਨਾਂ ਤੇ ਚਲਾਓ ਦੇ ਨਾਲ ਲੋਕਾਂ ਨੂੰ ਇਹ ਸਾੜੋ ਕੇ ਰਾਇਲ ਪਾਸ ਮੈਂ ਲਿਆ ਆਇਆ ਉਸ ਤੋਂ ਬਾਅਦ ਆਪਾਂ ਨੂੰ ਵਾਵਾ سارے ਸਿੱਕੇ ਵੀ ਵੇਖਣ ਨੂੰ ਮਿਲ ਜਾਂਦੇ ਉਸ ਤੋਂ ਬਾਅਦ ਲੈਵਲ 40 ਤੇ ਜਾਈਏ ਤੇ 40 ਤੇ ਸਾਨੂੰ ਸਕਾਰਲ ਦੀ ਸਕਿਨ ਵੇਖਣ ਨੂੰ ਮਿਲ ਜਾਂਦੀ ਜਿਹਦੇ ਨਾਮ ਹੈ ਫੇਰੀ ਵਿਲੇਜ ਤੇ ਵਾਵਾ ਚੰਗੀ ਸਕਿਨ ਹੈ ਇਹਦੇ ਵਿੱਚ ਵੀ ਦੋ ਰੰਗ ਨੇ ਇੱਕ ਨੀਲਾ ਤੇ ਇੱਕ ਚੀਤਾ ਰੰਗ ਤੇ ਵਾਵਾ ਸੋਹਣੀ ਸਕਿਨ ਬਣਾਇਤੀ ਪਬਜੀ ਮੋਬਾਈਲ ਨੇ ਤੁਸੀਂ ਇਹਨੂੰ ਲਾਜ਼ਮੀ ਯੂਜ਼ ਕਰੋ ਮੈਂ ਤੇ ਵਾਵਾ ਚੰਗੀ ਲੱਗਦੀ ਏ ਇਸ ਕਾਰ ਵਾਲੀ ਸਕਿਨ ਮੈਂ ਵਾਵਾ ਚਲਾਉਣਾ ਇਸ ਕਾਰ ਐਲ ਨੂੰ ਉਸ ਤੋਂ ਬਾਅਦ ਸਾਨੂੰ ਲੈਵਲ 50 ਦੇ ਆਊਟਫਿਟ ਵੀ ਦਾ ਵੀ ਪਤਾ ਹੈ ਕਿ ਲੈਵਲ 50 ਦੇ ਆਊਟਫਿਟ ਸਾਨੂੰ ਕਿੱਦਾਂ ਦਾ ਲੱਗੇਗਾ ਇਹ ਤੁਹਾਨੂੰ ਸਾਹਮਣੇ ਨਜ਼ਰ ਆ ਰਿਹਾ ਹੈ ਲੈਵਲ 50 ਦੇ ਤੁਹਾਨੂੰ ਵੇਖਣ ਨੂੰ ਮਿਲ ਜਾਏਗਾ ਵਾਹ ਚੰਗਾ ਸੈਟ ਜੇ ਦੋ ਸੈਟ ਆਣਗੇ ਦੋਨੇ ਚੈੱਕ ਤੁਸੀਂ ਲੈ ਲੈਣਾ ਆਪਾਂ ਹੁਣ ਲਗੇ ਰਾਇਲ ਐਡਵੈਂਚਰ ਦੇ ਰਿਵਾਰਡ ਵੇਖਣ ਲੈਣੇ ਆ ਕਿ ਰਾਇਲ ਐਡਵੈਂਚਰ ਇਹ ਸਾਨੂੰ ਕੀ ਵੇਖਣ ਨੂੰ ਮਿਲ ਜਾਏਗਾ ਤੇ ਸਾਨੂੰ ਇੱਕਾ M249 ਦੀ ਸਕਿਨ ਵੇਖਣ ਨੂੰ ਮਿਲ ਜਾਏਗੀ ਉਹ ਵਾਹ ਸੋਹਣੀ ਸਕ ਨੀਲਾ ਪਿੱਲਾ ਸਾਵਾ ਚਿੱਟਾ ਜਿਹੜਾ ਵੀ ਤੁਹਾਨੂੰ ਨਜ਼ਰ ਆ ਰਿਹਾ ਵਾ ਵਾ ਸੋਹਣੀ ਸਕਿਨ ਨੇ ਤੁਸੀਂ ਲਾਜ਼ਮੀ ਲੋਅ ਰਾਇਲ ਪਾਸ ਦੇ ਐਡਵੈਂਚਰ ਵਿੱਚ ਤੁਹਾਨੂੰ ਨਜ਼ਰ ਆਏਗੀ ਰਾਇਲ ਪਾਸ ਦੇ ਰਿਵਾਰਡ ਵਿੱਚ ਨੰਨੇ ਨੀ ਨਜ਼ਰ ਆਣਾ ਉਸ ਤੋਂ ਬਾਅਦ ਆ ਚਾਰਜ ਇੱਕ ਹੈਲੀਕਾਪਟਰ ਜਿਹਨੂੰ ਆਪਾਂ ਉੜਨਖਟੋਲਾ ਕਹਿੰਦੇ ਆ ਮਿਨੀ ਮਿੰਡ ਦਾ ਸਵਿੰਗਮੈਨ ਸੈਟ ਜੋ ਵੀ ਇਹ ਤੁਹਾਨੂੰ ਸਮੇਂ ਤੇ ਆਈ ਗਈ ਹੋਣੀ ਹੈ ਉਸ ਤੋਂ ਬਾਅਦ ਇਹ ਵਿੰਗਮੈਨ ਹੈ ਵਿੰਗਮੈਨ ਤੁਹਾਨੂੰ 150 ਯੂਸੀ ਵਿੱਚ ਵੀ ਵੇਖਣ ਨੂੰ ਮਿਲ ਜਾਏਗਾ ਤੇ ਮਤਲਬ ਕਿ ਇਹ ਮਜ਼ੇ ਦੀ ਸਕੀਨ ਇਹਦੇ ਚ ਵੀ ਦੋ ਤਿੰਨ ਰੰਗ ਇਹਦੇ ਪਿਛਲੀ ਸਾਈਡ ਨੂੰ ਪਿੱਛੇ ਪਤਾ ਨਹੀਂ ਕਿਉਂ ਲਾਜ ਤੇ ਰੰਗ ਪਿੱਛੇ ਕੀ ਹੈ ਨਾਗ ਨਿਕਲਦੀ ਹੈ ਹਾਂ ਮاما ਸੋਹਣਾ ਸੈੱਟ ਹੈ ਇਹਦਾ ਨਾਮ ਹੈ ਇੰਪੀਰੀਅਲ ਬਾਲ ਸੈੱਟ ਤੇ ਮੈਨੂੰ ਲੱਗ ਰਿਹਾ ਹੈ ਕਿ ਲੈਵਲ 50 ਦਾ ਆਊਟਫਿਟ ਲੱਗ ਰਿਹਾ ਮੈਨੂੰ ਇਹ ਤੇ ਤੁਹਾਨੂੰ ਤੁਸੀਂ ਮੈਨੂੰ ਦੱਸੋ ਇਹ ਕਿਹੜਾ ਆਊਟਫਿਟ ਹੈ ਲੈਵਲ 50 ਦਾ ਹੀ ਲੱਗ ਰਿਹਾ ਮੈਨੂੰ ਤੇ ਜਿੰਦਾ ਨਾਮ ਹੈ ਫਲੋਰ ਗਾਰਡਨ ਸੈੱਟ ਤੇ ਕਾਫੀ ਜ਼ਬਰਦਸਤ ਸੈੱਟ ਜੇ ਐਮਲ ਆਊਟਫਿਟ ਮੈਨ ਲੱਗਦਾ ਪਿਆ ਕਿ ਮੈਂ ਹੁਣ ਇਹ ਕੁੜੀ ਵਾਲਾ ਆਊਟਫਿਟ ਪਾ ਕੇ ਲੌਬੀ ਚ ਫੀਆ ਕਰਨਾ ਅਨਸਾਰੇ ਰਿਵਾਰਡ ਤੇ ਤੁਸੀਂ ਵੇਖ ਲਿਆ ਤੁਹਾਡਾ ਕੰਮ ਕੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਰਾਮ ਨਾਲ ਚੁੱਪ ਕਰਕੇ ਸਬਸਕ੍ਰਾਈਬ ਕਰੋ ਤੇ ਨਾਲ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਮੇਰੀ ਅਗਲੀ ਆਉਣ ਵਾਲੀ ਵੀਡੀਓ ਵੀ ਦੇਖਣ ਨੂੰ ਮਿਲ ਜਾਂ ਥੈਂਕ ਯੂ